ਨਮਸਕਾਰ ਪਿਆਰੇ ਬੱਚੋ, ਸਵਾਗਤ ਹੈ ਤੁਹਾਡਾ ਸਾਡੇ YouTube ਚੈਨਲ ਐਗਜ਼ਾਮ ਪ੍ਰੈਪਰੇਸ਼ਨ ਤੇ। ਜਿਵੇਂ ਕਿ ਪਿਆਰੇ ਬੱਚੋ ਤੁਹਾਨੂੰ ਪਤਾ ਹੈ ਕਿ ਆਪਾਂ 12ਵੀਂ ਜਮਾਤ ਦੀ ਇੰਗਲਿਸ਼ ਦੇ ਦਵਿੰਦਰ ਐਂਥਰੀ ਵਨ ਪੇਪਰ ਜਿਹੜੇ ਸੋਲਵ ਕਰ ਰਹੇ ਹਾਂ, ਅਤੇ 29 ਨੰਬਰ ਦਾ ਜਿਹੜਾ ਕੰਮ ਹੈ ਆਪਾਂ ਇਹਨਾਂ ਪੇਪਰਾਂ ਵਿੱਚ ਸੋਲਵ ਕਰ ਰਹੇ ਹਾਂ। ਅੱਜ ਆਪਾਂ 6ਵਾਂ ਜਿਹੜਾ ਪੇਪਰ ਆ ਉਹ ਸੋਲਵ ਕਰਾਂਗੇ। ਅਤੇ ਅੱਜ ਦਾ ਪੇਪਰ ਸ਼ੁਰੂ ਕਰਨ ਤੋਂ ਪਹਿਲਾਂ ਅੱਜ ਦੀ ਵੀਡੀਓ ਦੇ ਲਿੰਕ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਓ, ਤਾਂ ਜੋ ਤੁਸੀਂ ਤੁਹਾਡੇ ਯਾਰ ਦੋਸਤ ਮਿੱਤਰ ਵੱਧ ਤੋਂ ਵੱਧ ਅੱਜ ਦੀ ਵੀਡੀਓ ਤੋਂ ਲਾਭ ਪ੍ਰਾਪਤ ਕਰ ਸਕਣ। ਹਾਂਜੀ, ਸਭ ਤੋਂ ਪਹਿਲਾਂ ਹੈ ਜੀ ਆਪਣੇ ਕੋਲ 5ਵੇਂ ਦਾ ਏ ਭਾਗ। ਇਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਟਰਾਂਸਲੇਟ ਐਨੀ ਟੂ ਸੈਂਟੈਂਸਿਸ ਫਰੋਮ ਇੰਗਲਿਸ਼ ਟੂ ਪੰਜਾਬੀ, ਅੰਗਰੇਜ਼ੀ ਤੋਂ ਪੰਜਾਬੀ ਦੇ ਵਿੱਚ ਆਪਾਂ ਦੋ ਵਾਕਾਂ ਨੂੰ ਟਰਾਂਸਲੇਟ ਕਰਨਾ ਹੈ। ਸਭ ਤੋਂ ਪਹਿਲਾਂ ਹੈ ਡੋਂਟ ਵੇਸਟ ਟਾਈਮਸ, ਇਹਦੀ ਪੰਜਾਬੀ ਬਣੇਗੀ ਸਮਾਂ ਬਰਬਾਦ ਨਾ ਕਰੋ। ਸਮਾਂ ਬਰਬਾਦ ਨਾ ਕਰੋ। ਹਾਂਜੀ, ਸੈਕਿੰਡ ਵਨ ਹੈ ਜੀ ਆਪਣੇ ਕੋਲ ਰਜੀਵ ਕਲਿਕਡ ਆ ਬਿਊਟੀਫੁਲ ਫੋਟੋਗ੍ਰਾਫ, ਰਜੀਵ ਨੇ ਖੂਬਸੂਰਤ ਤਸਵੀਰ ਖਿੱਚੀ, ਇਹਦੀ ਪੰਜਾਬੀ ਬਣ ਜਾਏਗੀ ਰਾਜੀਵ ਨੇ ਖੂਬਸੂਰਤ ਤਸਵੀਰ ਖਿੱਚੀ। ਹਾਂਜੀ, ਥਰਡ ਵਨ, ਹਾਂਜੀ ਇਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਮਾਈ ਫਾਦਰ ਵਿਲ ਪੇ ਮਾਈ ਡੈਟ, ਡੈਟ ਹੁੰਦਾ ਕਰਜ਼ਾ, ਠੀਕ ਹੈ ਜੀ, ਮੇਰਾ ਪਿਤਾ ਮੇਰਾ ਕਰਜ਼ਾ ਦੇਣਗੇ, ਠੀਕ ਹੈ, ਮੇਰੇ ਪਿਤਾ ਮੇਰਾ ਕਰਜ਼ ਚੁਕਾਉਣਗੇ ਜਾਂ ਦੇਣਗੇ, ਠੀਕ ਹੈ ਜੀ। ਹਾਂਜੀ, 5ਵੇਂ ਦਾ ਆਪਣੇ ਕੋਲ ਹੈ ਜੀ ਬੀ ਪਾਰਟ। ਬੀ ਪਾਰਟ ਦੇ ਵਿੱਚ ਕਿਹਾ ਗਿਆ ਹੈ ਟਰਾਂਸਲੇਟ ਐਨੀ ਟੂ ਸੈਂਟੈਂਸਿਸ ਫਰੋਮ ਪੰਜਾਬੀ ਟੂ ਇੰਗਲਿਸ਼, ਪੰਜਾਬੀ ਤੋਂ ਅੰਗਰੇਜ਼ੀ ਦੇ ਵਿੱਚ ਦੋ ਵਾਕਾਂ ਨੂੰ ਆਪਾਂ ਟਰਾਂਸਲੇਟ ਕਰਨਾ। ਹਾਂਜੀ, ਫਸਟ ਹੈ ਜੀ ਆਪਣੇ ਕੋਲ ਮੈਂ ਆਪਣੇ ਮਾਤਾ ਪਿਤਾ ਦਾ ਦਿਲੋਂ ਸਤਿਕਾਰ ਕਰਦਾ ਹਾਂ, ਠੀਕ ਹੈ, ਦਾ ਹਾਂ ਦੀ ਹੈ ਦੇ ਹਨ, ਇਹ ਪ੍ਰੈਜੈਂਟ ਇਨਡੈਫੀਨਿਟ ਦੇ ਸੈਂਟੈਂਸ ਹੁੰਦੇ ਆ, ਪਹਿਲੀ ਫਰਮ ਦੇ ਨਾਲ ਬਣਦੇ ਆ। ਆਈ ਸਤਿਕਾਰ ਕਰਨ ਦੀ ਅੰਗਰੇਜ਼ੀ ਹੁੰਦੀ ਹੈ ਰਿਸਪੈਕਟ, ਆਈ ਰਿਸਪੈਕਟ ਮਾਈ ਪੇਰੈਂਟਸ, ਠੀਕ ਹੈ, ਦਿਲੋਂ ਕਰਦਾ ਹਾਂ ਇਹ ਹੁੰਦਾ ਹੈ ਫਰੋਮ ਦੀ ਕੋਰ, ਫਰੋਮ ਦੀ ਕੋਰ ਆਫ ਮਾਈ ਹਾਰਟ, ਇਹ ਦਿਲੋਂ ਦੀ ਇਹਦੀ ਅੰਗਰੇਜ਼ੀ ਹੈ, ਧਿਆਨ ਰੱਖ ਲੈਣਾ। ਹਾਂਜੀ, ਸੈਂਕਿੰਡ ਹੈ ਜੀ ਰਵੀ ਪਿਛਲੇ 10 ਦਿਨਾਂ ਤੋਂ ਸਕੂਲ ਨਹੀਂ ਆ ਰਿਹਾ ਸੀ। ਹਾਂਜੀ, ਰਿਹਾ ਸੀ ਇਹ ਪਾਸਟ ਕੰਟੀਨਿਊਸ ਦਾ, ਜਦੋਂ ਵੀ ਤੋਂ ਆ ਜਾਏ ਤਾਂ ਇਹ ਬਣ ਜਾਂਦਾ ਪਾਸਟ ਪਰਫੈਕਟ ਕੰਟੀਨਿਊਸ, ਹੈਡ ਬੀਨ ਦੇ ਨਾਲ ਬਣੇਗਾ, ਪਹਿਲੀ ਫਰਮ ਦੇ ਨਾਲ ਆਈ ਐਨ ਜੀ ਲੱਗੇਗਾ। ਨਹੀਂ ਆ ਰਿਹਾ ਇਸਦਾ ਮਤਲਬ ਹੈ ਰਵੀ ਹੈਡ ਨੋਟ ਬੀਨ ਕਮਿੰਗ ਟੂ ਸਕੂਲ, ਠੀਕ ਹੈ ਜੀ। ਉਸ ਤੋਂ ਬਾਅਦ ਸਿੰਸ ਜਾਂ ਫੋਰ ਦੇ ਨਾਲ ਬੰਦਾ ਹੁੰਦਾ ਹੈ, ਆਪਣੇ ਕੋਲ ਟਾਈਮ ਇਹ ਨਹੀਂ ਪਤਾ ਕਿ ਕਿਹੜੇ ਪਿਛਲੇ 10 ਦਿਨ ਹੈ, ਇਸ ਕਰਕੇ ਫਾਰ ਲੱਗੇਗਾ ਫੋਰ ਦੀ ਲਾਸਟ 10 ਡੇਸ। ਹਾਂਜੀ, ਥਰਡ ਹੈ ਜੀ ਆਪਣੇ ਕੋਲ, ਥਰਡ ਦੇ ਵਿੱਚ ਟੈਕਨੋਲੋਜੀ ਨੇ ਬਹੁਤ ਤਰੱਕੀ ਕਰ ਲਈ ਹੈ, ਠੀਕ ਹੈ ਜੀ, ਇਹ ਹੈ ਪ੍ਰੈਜੈਂਟ ਪਰਫੈਕਟ ਦਾ, ਠੀਕ ਹੈ, ਹੈਜ਼ ਹੈਵ ਦੇ ਵਿੱਚ ਇੱਕ ਲੱਗੇਗਾ, ਨਾਲ ਥਰਡ ਵਰਬ ਲੱਗੇਗੀ, ਟੈਕਨੋਲੋਜੀ ਹੈਜ਼ ਡਿਵੈਲਪਡ ਆਲ ਲੋਡ, ਇਸ ਤਰੀਕੇ ਦੇ ਨਾਲ ਇਸਦਾ ਆਂਸਰ ਬਣੇਗਾ। ਚਲਦੇ ਹਾਂ ਜੀ ਆਪਣੇ ਕੋਲ 6ਵੇਂ ਭਾਗ ਦੇ, 6ਵੇਂ ਦੇ ਵਿੱਚ ਆਪਾਂ ਕਰਨਾ ਡੂ ਐਜ਼ ਡਾਇਰੈਕਟਡ, ਉਹਦੇ ਵਿੱਚ ਏ ਭਾਗ ਹੈ, ਏ ਭਾਗ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਫਿਲ ਇਨ ਦੀ ਬਲੈਂਕਸ ਵਿਦ ਸੂਟੇਬਲ ਡਿਟਰਮੀਨਰ, ਡਿਟਰਮੀਨਰ ਫਿਲ ਕਰਨੇ ਆ। ਸਭ ਤੋਂ ਪਹਿਲੀ ਬਲੈਂਕਸ ਦੇ ਵਿੱਚ ਮਾਈ ਫਾਦਰ ਇਜ਼ ਡੈਸ਼ ਐਡਵੋਕੇਟ, ਮਾਈ ਫਾਦਰ ਇਜ਼ ਐਨ ਐਡਵੋਕੇਟ, ਠੀਕ ਹੈ ਜੀ, ਜਦੋਂ ਵੀ ਉੜਾ ਆੜਾ ਈੜੀ ਦੀ ਆਵਾਜ਼ ਆ ਜਾਏ ਉਸ ਤੋਂ ਪਹਿਲਾਂ ਕੀ ਲੱਗਦਾ ਹੁੰਦਾ, ਐਨ ਲੱਗਦਾ ਹੁੰਦਾ, ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਆਪਣੇ ਕੋਲ ਦੂਸਰਾ ਇਜ਼ ਦੇਅਰ ਡੈਸ਼ ਵਾਟਰ ਇਨ ਦੀ ਗਲਾਸ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਕੇ ਗਿਆ ਜਦੋਂ ਵੀ ਨੋਟ ਜਾਂ ਇੰਟਰੋਗੇਟਿਵ ਆ ਜਾਏ ਤਾਂ ਉਹ ਮੋਸਟਲੀ ਐਨੀ ਹੀ ਫਿਲ ਹੁੰਦਾ, ਇਹ ਵਾਕ ਦੇ ਵਿੱਚ ਇੰਟਰੋਗੇਸ਼ਨ ਹੈ, ਇਹਦੇ ਵਿੱਚ ਫਿਲ ਕੀ ਹੋ ਜਾਏਗਾ, ਐਨੀ, ਇਜ਼ ਦੇਅਰ ਐਨੀ ਵਾਟਰ ਇਨ ਦੀ ਗਲਾਸ, ਠੀਕ ਹੈ। ਥਰਡ ਵਨ ਹੈ ਜੀ ਆਪਣੇ ਕੋਲ ਡੈਸ਼ ਦੀ ਪੇਪਰਸ ਵਾਰ ਲਿੰਗ ਔਨ ਦੀ ਫਲੋਰ, ਦੱਸਣਾ ਹੈ ਵੀ ਕਿਹੜੇ ਪੇਪਰ ਜਿਹੜੇ ਹੈ ਉਹ ਫਰਸ਼ 'ਤੇ ਪਏ ਸਨ, ਆਲ ਦੀ ਪੇਪਰ, ਇਹਦਾ ਕੀ ਬਣ ਜਾਏਗਾ ਜੀ, ਆਲ ਦੀ ਪੇਪਰ, ਸਾਰੇ ਹੀ ਪੇਪਰ ਜਿਹੜੇ
ਫਸਟ ਸਟੇਜ ਪਏ ਸਨ। ਠੀਕ ਹੈ ਜੀ। ਉਸ ਤੋਂ ਬਾਅਦ ਹੈ ਜੀ ਬੀ ਭਾਗ, ਛੇਵੇਂ ਦਾ ਬੀ ਭਾਗ। ਇਹਦੇ ਵਿੱਚ ਆਪਾਂ ਨੂੰ ਪਹਿਲਾਂ ਜਿਹੜਾ ਹੈ ਇਹਦੇ ਵਿੱਚ ਕਿਹਾ ਗਿਆ ਹੈ ਜੇ ਰੈਂਡ ਫਿਲ ਕਰਨਾ, ਮੈਂ ਤੁਹਾਨੂੰ ਬਹੁਤ ਵਾਰੀ ਪਹਿਲਾਂ ਦੱਸ ਚੁੱਕਿਆ, ਜਦੋਂ ਵੀ ਜੇ ਰੈਂਡ ਆ ਜਾਏ ਸਭ ਦਾ ਇੱਕ ਨੰਬਰ ਪੱਕਾ ਹੋਣਾ ਚਾਹੀਦਾ, ਇੱਕ ਮਾਰਕ ਸਭ ਦਾ ਪੱਕਾ ਹੋਣਾ ਚਾਹੀਦਾ। ਕਰਨਾ ਕੀ ਹੈ, ਪਹਿਲੀ ਫਾਰਮ ਨਾਲ ਆਈ ਐਨ ਜੀ ਲਗਾ ਦੇਣਾ। ਪਹਿਲੀ ਫਾਰਮ ਦਿੱਤੀ ਹੁੰਦੀ ਹੈ ਆਪਾਂ ਨੂੰ, ਇਹਦੇ ਵਿੱਚ ਆਪਾਂ ਨੂੰ ਵਰਬ ਦਿੱਤੀ ਹੋਈ ਹੈ ਬ੍ਰੈਕਟ ਦੇ ਵਿੱਚ, ਸਮੋਕ, ਆਂਸਰ ਬਣ ਜਾਏਗਾ ਸਮੋਕੇ। ਠੀਕ ਹੈ ਜੀ, ਇਹ ਸਾਰਿਆਂ ਦਾ ਇੱਕ ਆਂਸਰ ਬਣੇਗਾ। ਹਾਂਜੀ, ਦੂਸਰਾ ਹੈ ਜੀ ਆਪਣੇ ਕੋਲ, ਆਪਾਂ ਨੂੰ ਪੁੱਛਿਆ ਗਿਆ ਹੈ ਇਨਫਿਨਿਟਿਵ। ਮੈਂ ਇਹ ਵੀ ਤੁਹਾਨੂੰ ਬਹੁਤ ਵਾਰੀ ਦੱਸਿਆ, ਜਦੋਂ ਵੀ ਇਨਫਿਨਿਟਿਵ ਦੀ ਗੱਲ ਆ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਹੈ ਵੀ ਖਾਲੀ ਥਾਂ ਦੇ ਵਿੱਚ ਜਾਂ ਤਾਂ 2 ਪਲੱਸ ਪਹਿਲੀ ਫਾਰਮ ਭਰ ਕੇ ਆਉਣੀ ਹੈ ਜਾਂ ਪਹਿਲੀ ਫਾਰਮ ਭਰ ਕੇ ਆਉਣੀ ਹੈ। 95% ਇਹਦਾ ਪ੍ਰਯੋਗ ਹੁੰਦਾ, 5% ਇਹਦਾ ਪ੍ਰਯੋਗ ਹੁੰਦਾ। ਠੀਕ ਹੈ ਜੀ, ਇਸ ਖਾਲੀ ਥਾਂ ਦੇ ਵਿੱਚ ਆਪਾਂ ਭਰ ਕੇ ਆਵਾਂਗੇ 2 ਹੈਲਪ। ਠੀਕ ਹੈ, ਕਲੀਅਰ ਹੋ ਗਿਆ। ਅੱਜ ਕੇ ਨੈਕਸਟ ਹੈ ਜੀ ਆਪਣੇ ਕੋਲ ਪਾਰਟ ਨੰਬਰ ਸੀ। ਪਾਰਟ ਨੰਬਰ ਸੀ ਦੇ ਵਿੱਚ ਆਪਾਂ ਨੂੰ ਸਭ ਤੋਂ ਪਹਿਲੇ ਦੇ ਵਿੱਚ ਕਿਹਾ ਗਿਆ ਚੇਂਜ ਇਨਟੂ ਕੰਪਲੈਕਸ ਸੈਂਟੈਂਸ। ਠੀਕ ਹੈ, ਕੰਪਲੈਕਸ ਬਣਾਉਣਾ ਹੈ। ਹੀ ਇਜ਼ ਸ਼ੋਰ ਆਫ ਹਿਜ਼ ਸਕਸੈਸ। ਠੀਕ ਹੈ, ਇਹਦਾ ਆਂਸਰ ਬਣ ਜਾਏਗਾ ਹੀ ਇਜ਼ ਸ਼ੋਰ, ਉਸਨੂੰ ਯਕੀਨ ਹੈ। ਕਿਸ ਗੱਲ ਦਾ ਯਕੀਨ ਹੈ? ਡੈਟ ਹੀ ਵੈਲ ਸਕਸੀਡ, ਕਿ ਉਹ ਕੀ ਹੋ ਜਾਏਗਾ, ਸਫਲ ਹੋ ਜਾਏਗਾ। ਠੀਕ ਹੈ, ਕਲੀਅਰ ਹੋ ਗਿਆ। ਦੂਸਰਾ ਹੈ ਆਪਣੇ ਕੋਲ ਇਹਦਾ, ਇਹਦੇ ਵਿੱਚ ਆਪਾਂ ਨੂੰ ਕਿਹਾ ਗਿਆ ਚੇਂਜ ਇਨਟੂ ਐਨ ਇੰਟਰੋਗੇਟਿਵ ਸੈਂਟੈਂਸ। ਇੰਟਰੋਗੇਸ਼ਨ ਫੁੱਲ ਸਟੋਪ ਹੈ, ਅਸਰਟਿਵ ਦਿੱਤਾ ਗਿਆ, ਇਹਨੂੰ ਆਪਾਂ ਇੰਟਰੋਗੇਸ਼ਨ ਦੇ ਵਿੱਚ ਬਦਲਣਾ ਹੈ। ਠੀਕ ਹੈ ਜੀ, ਇਹਦੇ ਕੁਝ ਰੂਲ ਹੁੰਦੇ ਆ। ਇਹ ਆਪਾਂ ਨੂੰ ਜਿਹੜਾ ਸੈਂਟੈਂਸ ਦਿੱਤਾ ਹੋਇਆ ਐਵਰੀਵਨ ਨੋਜ਼ ਹਿਮ, ਇਹ ਪੋਜ਼ਿਟਿਵ ਦਿੱਤਾ ਹੋਇਆ। ਠੀਕ ਹੈ, ਪੋਜ਼ਿਟਿਵ ਨੂੰ ਆਪਾਂ ਕਿਹਦੇ ਵਿੱਚ ਬਦਲਣਾ ਹੁੰਦਾ, ਨੈਗੇਟਿਵ ਦੇ ਵਿੱਚ, ਯਾਨੀ ਕਿ ਨੋਟ ਲਗਾ ਕੇ ਆਂਸਰ ਬਣਾਉਣਾ ਹੈ। ਪਹਿਲੀ ਫਾਰਮ ਦੇ ਨਾਲ ਬਣਿਆ ਹੋਇਆ ਤਾਂ ਕੀ ਬਣ ਜਾਏਗਾ? ਹੂ ਡਜ਼ ਨੋਟ। ਠੀਕ ਹੈ, ਐਵਰੀਵਨ ਦੀ ਜਗ੍ਹਾ 'ਤੇ ਕੀ ਆ ਜਾਏਗਾ? ਹੂ ਡਜ਼ ਨੋਟ, ਅਤੇ ਬਾਕੀ ਸਾਰਾ ਆਉਂਗੇ ਆ ਜਾਏਗਾ ਨੋ ਹਿਮ, ਸਾਈਨ ਆਫ ਇੰਟਰੋਗੇਸ਼ਨ। ਠੀਕ ਹੈ, ਐਸ ਨਹੀਂ ਲਗਾਉਣੀ ਕਿਉਂਕਿ ਡਜ਼ ਦੇ ਨਾਲ ਇੱਥੇ ਲੱਗੀ ਹੋਈ ਹੈ, ਇਸ ਤਰੀਕੇ ਨਾਲ ਬਣੇਗਾ। ਨੈਕਸਟ ਆਪਣੇ ਕੋਲ ਹੈ ਜੀ ਇਸੇ ਦਾ ਪਾਰਟ ਨੰਬਰ ਡੀ। ਡੀ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਚੇਂਜ ਦੀ ਵਾਇਸ, ਵਾਇਸ ਬਣਾਉਣੀ ਹੈ। ਕੀ ਸਿੰਗਲ ਸੌਂਗ ਪਹਿਲੀ ਫਾਰਮ ਆ ਗਈ, ਇਜ਼ ਐਮ ਆਰ ਵਿੱਚੋਂ ਇੱਕ ਬਣੇਗਾ, ਕੀ ਆਂਸਰ ਬਣ ਜਾਏਗਾ? ਕਿ ਆ ਸੌਂਗ ਦੇ ਨਾਲ ਲੱਗੇਗਾ ਇਜ਼, ਤੀਜੀ ਫਾਰਮ ਬਣ ਜਾਏਗੀ ਸੰਗ, ਬਾਏ ਕੀ ਤੋਂ ਬਣ ਜਾਏਗਾ ਹਿਮ। ਠੀਕ ਹੈ ਜੀ, ਇਸ ਤਰੀਕੇ ਨਾਲ ਬਣੇਗਾ। ਦੂਸਰਾ ਚੱਲਦੇ ਹਾਂ ਜੀ ਆਪਾਂ, ਹੂ ਇਜ਼ ਮੇਕਿੰਗ ਅ ਨੋਇਸ, ਹੂ ਆ ਗਿਆ ਤਾਂ ਬਾਏ ਹੂਮ ਹੁੰਦਾ ਜੀ, ਬਾਏ ਹੂਮ ਇਜ਼ ਉਵੇਂ ਆ ਜਾਏਗਾ ਆ ਨੋਇਸ। ਠੀਕ ਹੈ, ਬੀਇੰਗ ਤੀਜੀ ਫਾਰਮ ਬਣ ਜਾਏਗੀ ਮੇਕ ਦੀ ਮੇਡ, ਬਾਏ ਬਾਈ ਨਹੀਂ ਲੱਗਣਾ, ਸੋਰੀ, ਸਾਈਨ ਆਫ ਇੰਟਰੋਗੇਸ਼ਨ, ਕਿਉਂਕਿ ਬਾਈ ਪਹਿਲਾਂ ਸਟਾਰਟਿੰਗ ਤੋਂ ਆ ਗਿਆ। ਹਾਂਜੀ, ਥਰਡ ਹੈ ਜੀ ਆਪਣੇ ਕੋਲ, ਦੀ ਹੰਟਰ ਏਮਡ ਐਟ ਦੀ ਬਰਡ, ਸੈਂਕਡ ਵਰਬ ਹੈ ਜੀ, ਵਾਜ਼ ਵਰਬ ਵਿੱਚੋਂ ਇੱਕ ਲੱਗੇਗਾ, ਕੀ ਬਣ ਜਾਏਗਾ? ਦੀ ਬਰਡ ਵਾਜ਼ ਏਮਡ ਐਟ ਬਾਏ ਦੀ ਹੰਟਰ। ਠੀਕ ਹੈ ਜੀ, ਇਸ ਤਰੀਕੇ ਨਾਲ ਬਣੇਗਾ। ਚਲਦੇ ਹਾਂ ਜੀ ਈ ਪਾਰਟ 'ਤੇ। ਹਾਂਜੀ, ਡੂ ਐਜ਼ ਡਾਇਰੈਕਟਡ, ਛੇਵੇਂ ਭਾਗ ਦਾ ਈ ਭਾਗ, ਇਹਦੇ ਵਿੱਚ ਆਪਾਂ ਚੇਂਜ ਦੀ ਨਰੇਸ਼ਨ ਬਦਲਨੇ ਆ। ਪਹਿਲਾਂ ਹੈ ਹੀ ਸੈਡ ਟੂ ਮੀ ਟੂ ਐਂਡ ਟੂ ਮੇਕ ਫੋਰ, ਇਹ ਬਿਲਕੁਲ ਯੂਨੀਵਰਸਲ ਟਰੱਥ ਹੈ, ਸੱਚਾਈ ਹੈ। ਸੱਚਾਈ ਵਾਲੇ ਵਾਕਾਂ ਦੇ ਵਿੱਚ ਕੀ ਕਰਨਾ? ਸੈਡ ਟੂ ਨੂੰ ਆਪਾਂ ਚੇਂਜ ਕਰਨਾ ਟੋਲਡ ਵਿੱਚ, ਕੌਮੇ ਕਾਮੇ ਹਟਾ ਕੇ ਡੈਟ ਲਗਾਉਣਾ। ਠੀਕ ਹੈ, ਅਤੇ ਇਕੱਲਾ ਪਰਸਨ ਚੇਂਜ ਕਰਨਾ, ਟੈਂਸ ਨਹੀਂ ਚੇਂਜ ਕਰੀਦਾ ਹੁੰਦਾ ਇਹਨਾਂ ਵਾਕਾਂ 'ਚ। ਇਹਦਾ ਆਂਸਰ ਬਣਜੂ ਹੀ ਸੈਡ ਟੂ ਤੋਂ ਬਣ ਜਾਏਗਾ ਟੋਲਡ, ਕੌਮੇ ਕਾਮੇ ਹਟਾ ਕੇ ਲੱਗ ਜਾਏਗਾ ਡੈਟ, ਪਰਸਨ ਹੈ ਹੀ ਨਹੀਂ ਇਹਦੇ ਵਿੱਚ, ਕੀ ਬਣ ਜਾਏਗਾ? ਟੂ ਐਂਡ ਟੂ ਮੇਕ ਫੋਰ। ਠੀਕ ਹੈ, ਇਸ ਤਰੀਕੇ ਨਾਲ ਇਹਦਾ ਆਂਸਰ ਬਣੇਗਾ ਪਹਿਲੇ ਦਾ। ਦੂਸਰੇ 'ਤੇ ਚੱਲਦੇ ਹਾਂ ਜੀ ਆਪਾਂ, ਦੂਸਰੇ ਦੇ ਵਿੱਚ ਕਿਹਾ ਗਿਆ ਮਾਈ ਸਿਸਟਰ ਸੈਡ ਟੂ ਮੀ ਇਨਵਰਟਡ ਕੋਮੇ ਸਟਾਰਟ, ਵਾਈ ਆਰ ਯੂ ਡਿਸਟਰਬਿੰਗ ਮੀ, ਸਾਈਨ ਆਫ ਇੰਟਰੋਗੇਸ਼ਨ, ਇਨਵਰਟਡ ਕੋਮੇ ਕਲੋਜ਼ਡ। ਇੱਕ ਇੰਟਰੋਗੇਟਿਵ ਟਾਈਪ ਦਾ ਸੈਂਟੈਂਸ ਜਦੋਂ ਵੀ ਹੋਵੇ ਉਦੋਂ ਕੀ ਕਰਨਾ? ਸੈਡ ਜਾਂ ਸੈਡ ਟੂ ਨੂੰ ਚੇਂਜ ਕਰਨਾ ਹੁੰਦਾ ਆਸਕਰ ਦੇ ਵਿੱਚ। ਠੀਕ ਹੈ ਜੀ, ਕੌਮੇ ਕਾਮੇ ਹਟਾ ਕੇ ਜਾਂ ਤਾਂ ਇਫ ਲੱਗੇਗਾ ਜੇ ਹੈਲਪਿੰਗ ਵਰਬ ਦੇ ਨਾਲ ਚੱਲ ਵਾਕ ਸਟਾਰਟ ਹੋ ਰਿਹਾ, ਨਹੀਂ ਤਾਂ ਫਿਰ ਆਪਾਂ ਨੂੰ ਜਿਹੜਾ ਵੀ ਸ਼ਬਦ ਦਿੱਤਾ ਹੋਇਆ, ਠੀਕ ਹੈ, ਉਹੀ ਆਪਾਂ ਲਾਉਣਾ। ਵਟ, ਵਾਏ, ਵੇਅਰ, ਵੈਨ, ਡਬਲਿਊ ਐਚ ਫੈਮਲੀ ਵਾਲਾ ਕੋਈ ਵੀ ਵਰਡ ਦਿੱਤਾ ਤਾਂ ਉਹੀ ਲੱਗੇਗਾ, ਵਟ, ਵਾਏ, ਵੇਅਰ, ਵੈਨ। ਠੀਕ ਹੈ ਜੀ, ਉਸ ਤੋਂ ਬਾਅਦ ਆਪਾਂ ਸੈਂਟੈਂਸ ਦੇ ਵਿੱਚ ਪਰਸਨ ਵੀ ਚੇਂਜ ਕਰਨੇ ਹੈ ਅਤੇ ਟੈਂਸ ਵੀ ਚੇਂਜ ਕਰਨਾ। ਦੇਖੋ ਇਹਦਾ ਆਂਸਰ ਕਿਵੇਂ ਬਣਦਾ, ਮਾਈ ਸਿਸਟਰ ਉਵੇਂ ਆ ਜਾਏਗਾ, ਸੈਟ ਟੂ ਦੀ ਜਗ੍ਹਾ 'ਤੇ ਕੀ ਆ ਜਾਏਗਾ? ਆਸਕਰਡ,
ਇਨਵਰਟਰ ਕੋਮੇ ਹਟਾ ਕੇ ਦੇਖਣਾ ਹੈ ਜੀ ਵਾਈ ਹੈ ਤਾਂ ਵਾਈ ਦਾ ਵਾਈ ਆ ਜਾਏਗਾ। ਠੀਕ ਹੈ, ਕਲੀਅਰ ਹੋ ਗਿਆ। ਹਾਂਜੀ, ਇਹਦੇ ਵਿੱਚ ਆਪਾਂ ਹੁਣ ਜਿਹੜਾ ਹੈ ਜੂ ਨੂੰ ਪਹਿਲਾਂ ਚੇਂਜ ਕਰਾਂਗੇ। ਜੂ ਹੈਗਾ ਜੀ ਸੈਂਕਡ ਪਰਸਨ, ਠੀਕ ਹੈ, ਆਸਕਡ ਮੀ, ਇੱਥੇ ਮੀ ਰਹਿ ਗਿਆ ਸੈਟ ਟੂ ਦੀ ਜਗ੍ਹਾ 'ਤੇ। ਹਾਂ, ਜਿਹੜਾ ਜੂ ਨੂੰ ਆਪਾਂ ਮੀ ਦੇ ਅਕੋਰਡਿੰਗ ਚੇਂਜ ਕਰਾਂਗੇ ਕੀ ਬਣ ਜਾਏਗਾ ਇੱਥੇ, ਫਿਰ ਆਈ। ਫਿਰ ਆਪਾਂ ਆਰ ਨੂੰ ਚੇਂਜ ਕਰਾਂਗੇ ਆਈ ਵਾਜ਼, ਪਰਸਨ ਵੀ ਚੇਂਜ ਕਰਨਾ, ਟੈਂਸ ਵੀ ਚੇਂਜ ਕਰਨਾ। ਠੀਕ ਹੈ, ਉਸ ਤੋਂ ਬਾਅਦ ਹੈ ਡਿਸਟਰਬਿੰਗ, ਅਤੇ ਮੀ ਨੂੰ ਚੇਂਜ ਕਰਾਂਗੇ, ਮੀ ਫਸਟ ਪਰਸਨ ਹੈ, ਮਾਈ ਸਿਸਟਰ ਦੇ ਅਕੋਰਡਿੰਗ ਹਰ ਆ ਜਾਏਗਾ। ਠੀਕ ਹੈ, ਕੀ ਬਣ ਜੂ, ਮਾਈ ਸਿਸਟਰ ਆਸਕਡ ਮੀ ਵਾਏ ਆਈ ਵਾਜ਼ ਡਿਸਟਰਬਿੰਗ ਹਰ। ਠੀਕ ਹੈ, ਇਸ ਤਰੀਕੇ ਦੇ ਨਾਲ ਇਹਦਾ ਆਂਸਰ ਬਣੇਗਾ। ਨੈਕਸਟ ਚੱਲਦੇ ਹਾਂ ਜੀ ਆਪਣੇ ਕੋਲ ਸੈਕਸ਼ਨ ਨੰਬਰ ਸੀ, ਕੁਐਸਚਨ ਆਂਸਰ 'ਤੇ। ਠੀਕ ਹੈ ਜੀ, ਸੱਤਵੇਂ ਦਾ ਏ ਭਾਗ। ਪਹਿਲਾ ਹੈ ਆਪਣੇ ਕੋਲ ਦੀ ਲੈਸਨ ਹਸਨ ਅਟੈਂਡੈਂਸ ਪ੍ਰੋਬਲਮ ਇਜ਼ ਰਿਟਨ ਬਾਈ, ਦੱਸਣਾ ਹੈ ਵੀ ਹਸਨ ਅਟੈਂਡੈਂਸ ਜਿਹੜਾ ਪ੍ਰੋਬਲਮ ਲੈਸਨ ਹੈ ਉਹ ਕਿਹਨੇ ਲਿਖਿਆ ਸੀ, ਉਹ ਲਿਖਿਆ ਸੀਗਾ ਸੁਧਾ ਮੂਰਤੀ ਨੇ। ਠੀਕ ਹੈ ਜੀ, ਦੂਸਰਾ ਹੈ ਜੀ ਆਪਣੇ ਕੋਲ ਵਟ ਵਾਜ਼ ਦੀ ਮੋਡ ਆਫ ਟੋਰਚਰਿੰਗ ਬਰੇਵ ਫਾਈਟਰ ਬਾਈ ਦੀ ਬ੍ਰਿਟਿਸ਼ ਗਵਰਨਮੈਂਟ, ਕਿਹੜੇ ਕਿਹੜੇ ਤਰੀਕਿਆਂ ਦੇ ਨਾਲ ਜਿਹੜੇ ਬਹਾਦਰ ਯੋਧਿਆਂ ਨੂੰ ਤਸੀਹੇ ਦਿੱਤੇ ਜਾਂਦੇ ਸੀਗੇ, ਇਹ ਦੱਸਣਾ ਆਪਾਂ। ਹਾਂਜੀ, ਕੀ ਕੀਤਾ ਜਾਂਦਾ ਸੀ, ਸਭ ਤੋਂ ਪਹਿਲਾਂ ਦੇ ਵਰ ਕਿਪਟ ਇਨ ਡਰਟੀ ਸੈਲਸ, ਡਰਟੀ ਹੁੰਦੀਆਂ ਗੰਦੀਆਂ ਸੈਲਸ ਹੁੰਦੀਆਂ ਕਾਲ ਕੋਠੜੀਆਂ, ਉਹਨਾਂ ਨੂੰ ਗੰਦੀਆਂ ਕਾਲ ਕੋਠੜੀਆਂ ਵਿੱਚ ਰੱਖਿਆ ਜਾਂਦਾ ਸੀ। ਦੇ ਵਰ ਗਿਵਨ ਬੈਡ ਫੂਡਸ, ਉਹਨਾਂ ਨੂੰ ਮਾੜਾ ਭੋਜਨ ਦਿੱਤਾ ਜਾਂਦਾ ਸੀ। ਠੀਕ ਹੈ, ਦੇ ਵਰ ਫੋਰਸਡ, ਫੋਰਸਡ ਦਾ ਮਤਲਬ ਹੁੰਦਾ ਮਜ਼ਬੂਰ ਕਰਨਾ, ਦੇ ਵਰ ਫੋਰਸਡ, ਉਹਨਾਂ ਨੂੰ ਮਜ਼ਬੂਰ ਕੀਤਾ ਜਾਂਦਾ ਸੀ ਟੂ ਡੂ ਕਰਨ ਦੇ ਲਈ ਹਾਰਡ ਹੁੰਦੇ ਔਖੇ ਹਾਰਡ ਜੋਬਸ, ਔਖੇ ਕੰਮ ਕਰਨ ਦੇ ਲਈ ਉਹਨਾਂ ਨੂੰ ਮਜ਼ਬੂਰ ਕੀਤਾ ਜਾਂਦਾ ਸੀ। ਠੀਕ ਹੈ ਜੀ, ਕਲੀਅਰ ਹੋ ਗਿਆ। ਥਰਡ ਵਨ, ਥਰਡ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੈ ਦੀ ਸਿਸਟਰ ਆਫ ਦੀ ਬੋਆਇਜ਼ ਵਾਜ਼ ਸਫਰਿੰਗ ਫਰੋਮ, ਜਿਹੜੇ ਦੋ ਲੜਕੇ ਸੀ ਉਹਨਾਂ ਦੀ ਸਿਸਟਰ ਕਿਸ ਚੀਜ਼ ਤੋਂ ਪੀੜਤ ਸੀ, ਉਹਨੂੰ ਸੀ ਟੀਬੀ, ਟੀਬੀ ਆਫ ਸਪਾਈਨ। ਠੀਕ ਹੈ, ਰੀੜ੍ਹ ਦੀ ਹੱਡੀ ਦੀ ਟੀਬੀ ਸੀ, ਟੀਬੀ ਨੂੰ ਆਪਾਂ ਕਹਿੰਦੇ ਹਾਂ ਟਿਊਬਰ ਕਲੋਸਿਸ। ਠੀਕ ਹੈ, ਇਸ ਵਾਲ ਦਾ ਰਾਈਟ ਆਂਸਰ ਬਣ ਜਾਏਗਾ ਆਪਸ਼ਨ ਨੰਬਰ ਸੀ। ਹਾਂਜੀ, ਫੋਰਥ ਹੈ ਜੀ ਆਪਣੇ ਕੋਲ ਹਾਊ ਮੱਚ ਲੋਨ ਡਿਡ ਥੋਮਸ ਬੋਰੋ, ਥੋਮਸ ਨੇ ਕਿੰਨਾ ਉਧਾਰ ਲਿਆ ਸੀਗਾ, ਉਹਨੇ $5,000 ਉਧਾਰ ਲਏ ਸੀਗੇ ਬੈਂਕ ਤੋਂ ਅਤੇ $15 ਉਹ ਵਿਆਜ ਦਾ ਭੁਗਤਾਨ ਕੀਤਾ ਸੀ। ਹਾਂਜੀ, ਨੈਕਸਟ ਹੈ ਜੀ ਫਿਫਥ, ਦੀ ਓਲਡ ਪਰਿਜਨਰਸ ਇਨ ਦੀ ਜੇਲ ਵਾਰ ਅਡਰੈਸਡ ਐਜ਼ ਬਾਬਾਜ਼, ਗਦਰੀ ਬਾਬਾਜ਼ ਐਂਡ ਕਾਲਾ ਪਾਣੀ ਜੇਲ, ਟਰੂ ਫੋਲਸ ਦੱਸਣਾ, ਜਿਹੜੇ ਪੁਰਾਣੇ ਕੈਦੀਆਂ ਨੂੰ ਜੇਲ੍ਹ ਦੇ ਵਿੱਚ ਬਾਬਾਜ਼ ਕਿਹਾ ਜਾਂਦਾ ਸੀ, ਬਿਲਕੁਲ ਟਰੂ ਸਟੇਟਮੈਂਟ ਹੈ ਜੀ। ਠੀਕ ਹੈ ਜੀ, ਕੀ ਹੈ ਜੀ ਇਹ, ਟਰੂ। ਕਲੀਅਰ ਹੋ ਗਿਆ। ਨੈਕਸਟ ਹੈ ਜੀ ਆਪਣੇ ਕੋਲ ਬੀ ਪਾਰਟ, ਸੱਤਵੇਂ ਦਾ ਬੀ ਪਾਰਟ। ਹਾਂਜੀ, ਇਹਦੇ ਵਿੱਚ ਕੀ ਸੀਗਾ, ਦੀ ਓਨਰ ਆਫ ਦੀ ਡੋਗ ਵਾਜ਼, ਪਹਿਲਾਂ ਹੈ ਕੁੱਤੇ ਦਾ ਮਾਲਕ ਦੱਸਣਾ ਕੌਣ ਸੀਗਾ, ਉਹ ਕੌਣ ਸੀਗਾ, ਉਹ ਸੀਗਾ ਜਨਰਲ ਬ੍ਰਦਰ, ਕੌਣ ਸੀਗਾ, ਜਨਰਲ ਦਾ ਭਰਾ ਸੀਗਾ। ਠੀਕ ਹੈ ਜੀ, ਸੈਂਕਡ ਵਨ। ਦੂਸਰੇ ਸਵਾਲ ਦੇ ਵਿੱਚ ਆਪਾਂ ਨੂੰ ਪੁੱਛਿਆ ਗਿਆ ਹੂ ਬ੍ਰੋਟ ਕਰਮ ਸਿੰਘ ਪੈਨਸ਼ਨ ਪੇਪਰ, ਕੌਣ ਕਰਮ ਸਿੰਘ ਦੇ ਜਿਹੜੇ ਪੈਨਸ਼ਨ ਦੇ ਪੇਪਰ ਲੈ ਕੇ ਆਇਆ ਸੀ, ਉਹ ਸੀ ਦਾ ਪੋਸਟਮੈਨ, ਇਸ ਸਵਾਲ ਦਾ ਰਾਈਟ ਆਂਸਰ ਹੋਏਗਾ ਆਪਸ਼ਨ ਨੰਬਰ ਏ। ਥਰਡ ਹੈ ਜੀ ਆਪਣੇ ਕੋਲ ਨੇਮ ਦੀ ਰਾਈਟਰ ਆਫ ਦੀ ਲੈਸਨ ਦੀ ਬਾਰਬਰ ਟ੍ਰੇਡ ਯੂਨੀਅਨ, ਬਾਰਬਰ ਟ੍ਰੇਡ ਯੂਨੀਅਨ ਦਾ ਜਿਹੜਾ ਲੈਸਨ ਦਾ ਰਾਈਟਰ ਕੌਣ ਸੀ, ਮੁਲਕ ਰਾਜ ਆਨੰਦ। ਠੀਕ ਹੈ ਜੀ, ਮੈਂ ਤੁਹਾਨੂੰ ਪਹਿਲਾਂ ਵੀ ਦੱਸ ਚੁੱਕਿਆ ਵੀ ਸਾਰੇ ਰਾਈਟਰਾਂ ਦੇ ਨਾਮ ਯਾਦ ਕਰ ਲਓਗੇ ਤਾਂ 2 ਨੰਬਰ ਤੁਹਾਡੇ ਜਿਹੜੇ ਉਹ ਐਗਜ਼ਾਮ ਦੇ ਲਈ ਪੱਕੇ ਹੋ ਜਾਣਗੇ, ਮੁਲਕ ਰਾਜ ਆਨੰਦ। ਫੋਰਥ ਹੈ ਜੀ ਆਪਣੇ ਕੋਲ, ਉਹਦੇ ਵਿੱਚ ਪੁੱਛਿਆ ਗਿਆ ਹੈ ਵਟ ਇਜ਼ ਦੀ ਨੇਮ ਆਫ ਦੀ ਦੱਤਾ ਸ਼ੋਪ, ਦੱਤਾ ਦੀ ਦੁਕਾਨ ਦਾ ਨਾਮ ਕੀ ਸੀ, ਉਹਦਾ ਨਾਮ ਸੀ ਦਾ ਮੋਡਰਨ, ਠੀਕ ਹੈ, ਮੋਡਰਨ ਫਰੇਮ ਵਰਕਸ, ਫਰੇਮ ਵਰਕਸ। ਠੀਕ, ਲਾਸਟ ਜਿਹੜਾ ਆਪਣੇ ਕੋਲ ਹੈ ਮਿਸ ਬੀ ਵਾਜ਼ ਆ ਮਿਡਲ ਏਜਡ ਕਾਇੰਡਲੀ ਐਂਡ ਇੰਪ੍ਰੈਸਿਵ ਲੇਡੀ, ਠੀਕ ਹੈ, ਮਿਡਲ ਅਧਖੜ ਉਮਰ ਦੀ ਦਿਆਲਤਾ ਵਾਲੀ ਅਤੇ ਇੱਕ ਇੰਪ੍ਰੈਸਿਵ ਲੇਡੀ ਸੀ। ਹਾਂਜੀ, ਬਿਲਕੁਲ ਇਹ ਟਰੂ ਸਟੇਟਮੈਂਟ ਹੈ। ਠੀਕ ਹੈ, ਕੀ ਹੈ ਜੀ ਇਹ, ਟਰੂ ਸਟੇਟਮੈਂਟ।
ਹਾਂਜੀ ਨੈਕਸਟ ਹੈ ਜੀ ਆਪਣੇ ਕੋਲ ਅੱਠਵਾਂ ਭਾਗ। ਹਾਂਜੀ ਅੱਠਵੇਂ ਭਾਗ ਦੇ ਵਿੱਚ ਆਪਾਂ ਨੂੰ ਕਿਹਾ ਗਿਆ ਹੈ ਰੀਡ ਦੀ ਲਾਈਨਸ ਗਿਵਨ ਬਿਲੋ, ਹੇਠਾਂ ਦਿੱਤੀਆਂ ਲਾਈਨਾਂ ਨੂੰ ਧਿਆਨ ਨਾਲ ਪੜ੍ਹਨਾ ਹੈ ਐਂਡ ਕੁਐਸਚਨ ਡੈਟ ਫੋਲੋ, ਤੇ ਸਵਾਲਾਂ ਦੇ ਦੇਣੇ ਆਪਾਂ ਜਵਾਬ। ਆਈ ਸ਼ੈਲ ਬੀ ਟੈਲਿੰਗ ਦਿਸ ਵਿਦ ਦਾ ਸਾਈ ਸਮਵੇਅਰ ਏਜਸ ਐਂਡ ਏਜਸ ਹੈਂਸ ਟੂ ਰੋਡਸ ਡਾਇਵਰਜਡ ਇਨ ਆ ਵੁੱਡ ਐਂਡ ਆਈ ਟੁੱਕ ਦੀ ਵਨ ਲੈਸ ਟਰੈਵਲਡ ਬਾਏ ਐਂਡ ਦੈਟ ਹੈਜ਼ ਮੇਡ ਆਲ ਦੀ ਡਿਫਰੈਂਸ। ਹਾਂਜੀ ਪਹਿਲਾ ਹੈ ਆਪਣੇ ਕੋਲ ਕੁਐਸਚਨ ਨੇਮ ਦੀ ਪੋਇਮ, ਪੋਇਮ ਦਾ ਨਾਂ ਦੱਸਣਾ ਹੈ, ਠੀਕ ਹੈ। ਪੋਇਮ ਦਾ ਨਾਂ ਹੈ ਦਾ ਰੋਡ ਨੋਟ ਟੇਕਨ, ਰੋਡ ਨੋਟ ਟੇਕਨ। ਦੂਸਰੇ ਸਵਾਲ ਦੇ ਵਿੱਚ ਆਪਾਂ ਨੂੰ ਪੁੱਛ ਲਿਆ ਪੋਇਟ ਨੇਮ, ਪੋਇਟ ਕੌਣ ਹੈ ਜੀ ਦਾ ਰੋਬਰਟ ਫਰੋਸਟ, ਠੀਕ ਹੈ, ਕੌਣ ਹੈ ਜੀ ਰੋਬਰਟ ਫਰੋਸਟ। ਥਰਡ ਹੈ ਜੀ ਆਪਣੇ ਕੋਲ, ਥਰਡ ਦੇ ਵਿੱਚ ਪੁੱਛਿਆ ਗਿਆ ਵਿੱਚ ਪਾਥ ਡਿਡ ਦੀ ਪੋਇਟ ਚੂਜ਼ ਟੂ ਟਰੈਵਲ, ਠੀਕ ਹੈ, ਕਿਹੜਾ ਪਾਥ ਚੂਜ਼ ਕੀਤਾ ਸੀਗਾ। ਚੌਥੀ ਲਾਈਨ ਦੇ ਵਿੱਚ ਲਿਖਿਆ ਹੋਇਆ ਲੈਸ ਟਰੈਵਲਡ ਪਾਥ, ਕਿਹੜਾ ਚੁਣਿਆ ਸੀਗਾ ਜੀ ਲੈਸ ਟਰੈਵਲਡ, ਨਾ ਲਗਾ ਦੇਣਾ ਪਾਥ, ਠੀਕ ਹੈ, ਕਲੀਅਰ ਹੋ ਗਿਆ, ਘੱਟ ਵਰਤੋਂ ਵਾਲੇ ਮਾਰਗ ਨੂੰ ਚੁਣਿਆ ਸੀਗਾ। ਫੋਰਥ ਹੈ ਜੀ ਆਪਣੇ ਕੋਲ, ਵਟ ਡਜ ਦੀ ਪੋਇਟ ਮੀਨ ਬਾਏ ਦੀ ਡਿਫਰੈਂਸ ਇਨ ਦੀ ਲਾਸਟ ਲਾਈਨ, ਅਖੀਰਲੀ ਲਾਈਨ ਦੇ ਵਿੱਚ ਜਿਹੜਾ ਸ਼ਬਦ ਡਿਫਰੈਂਸ ਆਇਆ ਇਹਦਾ ਮਤਲਬ ਕੀ ਹੈ। ਇਟ ਮੀਨਸ, ਇਹਦਾ ਮਤਲਬ ਹੈ, ਇਟ ਮੀਨਸ ਡਿਫਰੈਂਸ ਬਿਟਵੀਨ ਆਰਡੀਨਰੀ ਐਂਡ ਐਕਸਟਰਾ ਆਰਡੀਨਰੀ ਲਾਈਫ, ਠੀਕ ਹੈ। ਡਿਫਰੈਂਸ ਦਾ ਮਤਲਬ ਇੱਥੇ ਕੀ ਹੈ, ਇਹਦਾ ਮਤਲਬ ਹੈ ਆਰਡੀਨਰੀ ਅਤੇ ਐਕਸਟਰਾ ਆਰਡੀਨਰੀ ਲਾਈਫ ਦੇ ਵਿਚਕਾਰ ਜਿਹੜਾ ਅੰਤਰ ਹੈ ਉਹਦੀ ਗੱਲ ਇੱਥੇ ਕੀਤੀ ਗਈ ਹੈ, ਠੀਕ ਹੈ। ਹਾਂਜੀ ਕੁਐਸਚਨ ਨੰਬਰ ਫਿਫਥ, ਇਜ਼ ਦੀ ਪੋਇਟ ਡਾਊਟਫੁੱਲ ਅਬਾਊਟ ਹਿਜ਼ ਡਿਸੀਜ਼ਨ, ਕਿ ਕਵੀ ਆਪਣੇ ਡਿਸੀਜ਼ਨ ਬਾਰੇ ਡਾਊਟਫੁੱਲ ਹੈ, ਠੀਕ ਹੈ, ਵੀ ਉਹਨੇ ਇੱਕ ਲੈਸ ਟਰੈਵਲਡ ਮਾਰਗ ਨੂੰ ਚੁਣਿਆ ਸੀ ਉਹਦੇ ਬਾਰੇ ਕੋਈ ਡਾਊਟਫੁੱਲ ਹੈ। ਨੋ, ਕੀ ਆ ਜਾਏਗਾ, ਨੋ ਦੀ ਪੋਇਟ ਇਜ਼ ਨੋਟ ਡਾਊਟਫੁੱਲ, ਠੀਕ ਹੈ, ਡਾਊਟਫੁੱਲ ਅਬਾਊਟ ਹਿਜ਼ ਡਿਸੀਜ਼ਨ। ਮੈਨੂੰ ਉਮੀਦ ਹੈ ਅੱਜ ਦਾ ਜਿਹੜਾ ਸੈਸ਼ਨ ਸਾਰੇ ਬੱਚਿਆਂ ਨੂੰ ਪਸੰਦ ਆਇਆ ਹੋਵੇਗਾ। ਅੱਜ ਦੇ ਵੀਡੀਓ ਦੇ ਲਿੰਕ ਨੂੰ ਆਪਣੇ ਯਾਰਾਂ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਕਰ ਦਿਓ, ਤਾਂ ਜੋ ਤੁਹਾਡੇ ਯਾਰ ਦੋਸਤ ਮਿੱਤਰ ਅੱਜ ਦੀ ਵੀਡੀਓ ਤੋਂ ਵੱਧ ਤੋਂ ਵੱਧ ਲਾਭ ਪ੍ਰਾਪਤ ਕਰ ਸਕਣ। ਬਹੁਤ ਬਹੁਤ ਧੰਨਵਾਦ।